ਅਸਲਾਮ ਅਲੈਕੁਮ ਰਹਿਮਤੁਲਾ ਬਰਕਾਤਹੂ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਗੋਡਸ ਮਾਸਟਰ ਚੈਨਲ। ਮੈਂ ਤੁਹਾਡਾ ਮੇਜ਼ਬਾਨ ਮਲਿਕ ਫਿਆਜ਼ ਗੌਹਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮਾਸ਼ਾਅੱਲਾ, ਇੱਕ ਵਾਰੀ ਫਿਰ ਚਕਵਾਲ ਸ਼ਹਿਰ 'ਚ ਮੈਂ ਹਾਜ਼ਰ ਹਾਂ। ਗੁਜਰਾਤੀ ਬੀਤਲ ਬੱਕਰੀਆਂ ਦਾ ਪ੍ਰੋਗਰਾਮ ਕਰਨਾ ਪਿਆ। ਮਾਸ਼ਾਅੱਲਾ, ਓਨਰ ਨਾਲ ਵੀ ਪੁੱਛਦੇ ਹਾਂ ਕੀ ਨਾਂ ਉਹਨਾਂ ਦਾ, ਕੀ ਮਤਲਬ ਉਹਨਾਂ ਦਾ ਇਲਾਕੇ ਦਾ ਨਾਂ ਹੈ। ਇਹ ਸਾਰੀਆਂ ਗੱਲਾਂ ਉਹਨਾਂ ਨਾਲ ਹੋਣਦੀਆਂ। ਬੱਕਰੀਆਂ ਮਾਸ਼ਾਅੱਲਾ, ਤੁਸੀਂ ਉਹਨਾਂ ਦੀਆਂ ਵੇਖੋ, ਬਹੁਤ ਪਿਆਰੀਆਂ ਬੱਕਰੀਆਂ ਨੇ ਸਕਰੀਨ ਦੇ ਉੱਤੇ, ਤੁਸੀਂ ਵੇਖ ਰਹੇ ਹੋ। ਮਾਸ਼ਾਅੱਲਾ, ਜਿਨ੍ਹਾਂ ਦੋਸਤਾਂ ਨੂੰ ਪ੍ਰੋਗਰਾਮ ਚੰਗਾ ਲੱਗੇ ਉਹ ਵੀਡੀਓ ਨੂੰ ਲਾਈਕ ਵੀ ਕਰੋ ਔਰ ਸ਼ੇਅਰ ਵੀ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਮਾਸ਼ਾਅੱਲਾ, ਚਕਵਾਲ ਸ਼ਹਿਰ ਦਾ ਇਲਾਕਾ ਵੀ ਬਹੁਤ ਅੱਛਾ ਹੈ, ਆਬੋ ਹਵਾ ਵੀ ਬਹੁਤ ਅੱਛੀ ਹੈ, ਬੰਦੇ ਵੀ ਇੱਥੇ ਦੇ ਬਹੁਤ ਅੱਛੇ ਨੇ। ਮਾਸ਼ਾਅੱਲਾ, ਖੁਸ਼ ਅਖਲਾਕ, ਤਾਬਿਆਦਾਰ, ਮਹਿਮਾਨ ਨਵਾਜ਼ ਬੰਦੇ ਨੇ। ਮਾਸ਼ਾਅੱਲਾ, ਇਸ ਇਲਾਕੇ ਦੇ ਬੜਾ ਮਜ਼ਾ ਆਇਆ ਇਹਨਾਂ ਨਾਲ ਮੁਲਾਕਾਤ ਕਰਕੇ। ਖੁਸ਼ ਅਖਲਾਕ ਬੱਚੇ ਨੇ ਇੱਥੇ ਬੰਦੇ ਨੇ ਮਾਸ਼ਾਅੱਲਾ, ਔਰ ਇਤਫਾਕ ਤਾਦ ਪਿਆਰ ਨਾਲ ਆਪਸ ਹੀ ਰਹਿਣ ਵਾਲੇ ਬੰਦੇ ਨੇ। ਮੈਂ ਇੱਥੇ ਵੇਖੇ ਨੇ ਬੰਦੇ 10-12 ਬੰਦੇ ਇੱਕੋ ਹੀ ਫੈਮਿਲੀ ਦੇ ਰਲ ਕੇ ਜਾਨਵਰ ਚਗਾਉਂਦੇ ਪਏ। ਮਾਸ਼ਾਅੱਲਾ, ਕੋਈ ਇਹਨਾਂ 'ਚ ਸਦਕੀਨੀ ਵਾਲੀ ਕੋਈ ਗੱਲ ਨਹੀਂ, ਕੋਈ ਬੁਗਤ ਵਾਲੀ ਗੱਲ ਨਹੀਂ। ਮਾਸ਼ਾਅੱਲਾ, ਅੱਜ ਇਹਨਾਂ ਨਾਲ ਤੁਹਾਡੀ ਮੁਲਾਕਾਤ ਵੀ ਕਰਵਾਉਂਦੇ ਹਾਂ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਪਿਆਰੇ ਭਾਈ, ਕੀ ਨਾਂ ਹੈ ਤੁਹਾਡਾ? ਕਮਰਾਨ ਸਮੀਰ। ਮੇਰਿਆਂ ਕਿਸਾਨ ਵੀਰਾਂ ਨੂੰ, ਮੇਰਿਆਂ ਨਵਿਆਂ ਸ਼ੌਕੀਨ ਹਜ਼ਰਾਤ ਨੂੰ ਔਰ ਪੁਰਾਣਿਆਂ ਦੋਸਤਾਂ ਨੂੰ ਆਪਣਾ ਇਲਾਕੇ ਦਾ ਤਾਰਫ ਕਰਾਓ ਜ਼ਰਾ। ਬਾਈ, ਚਕਵਾਲ ਇਲਾਕਾ ਸਾਡਾ ਜੀ, ਗਰਾਂ ਥਿਰਪਾਲ ਜੀ ਜੀ। ਮਾਸ਼ਾਅੱਲਾ, ਤੇ ਬੱਕਰੀਆਂ ਰੱਖਦੀਆਂ ਕਿੰਨੀ ਦੇਰ ਹੋ ਗਈ ਪਿਆਰੇ ਭਾਈ? ਬਾਈ, 20 ਸਾਲ ਹੋ ਗਏ। 20 ਸਾਲ ਹੋ ਗਏ ਨੇ ਇਹ ਬੱਕਰੀਆਂ ਰੱਖੀਆਂ ਨੇ ਜੀ। ਇਹਨਾਂ ਬੱਕਰੀਆਂ ਨਾਲ ਹੀ ਕਿਉਂ ਪਿਆਰ ਹੈ ਤੁਹਾਨੂੰ? ਇਹ ਸਾਡਾ ਪਿਆਰ ਹੈ, ਸ਼ੌਕ ਹੈ ਜੀ, ਨਾਲ ਮੁਹੱਬਤ ਹੈ ਜੀ ਜੀ। ਇਹ ਕਿਹੜੀ ਬਰੀਡ ਦੀਆਂ ਬੱਕਰੀਆਂ ਤੁਹਾਡੇ ਕੋਲ? ਇਹ ਬੀਤਲ। ਬੀਤਲ ਜੀ, ਬੀਤਲ ਖਾਰੀਆਂ ਜ਼ਾਤ ਬੱਕਰੀਆਂ ਹਨ। ਬੀਤਲ ਖਾਰੀਆਂ ਦੀਆਂ ਬੱਕਰੀਆਂ ਮਾਸ਼ਾਅੱਲਾ ਤੁਹਾਡੇ ਕੋਲ ਜੀ ਜੀ। ਇਹ ਬੀਤਲ ਖਾਰੀਆਂ ਦੀਆਂ ਜਿਹੜੀਆਂ ਬੱਕਰੀਆਂ ਨੇ ਚਕਵਾਲ ਦੇ ਵਿੱਚ ਸਾਰੇ ਮੌਸਮਾਂ ਨੂੰ ਬਰਦਾਸ਼ਤ ਕਰ ਰਹੀਆਂ ਨੇ? ਕਰ ਰਹੀਆਂ। ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਬਣਦਾ? ਕੋਈ ਮਸਲਾ ਪਰੇਸ਼ਾਨੀ? ਸਰਦੀ ਵਿੱਚ ਕੋਈ ਮਸਲਾ? ਕੋਈ ਨਹੀਂ, ਕੋਈ ਮਸਲਾ ਪਰੇਸ਼ਾਨੀ? ਗਰਮੀ 'ਚ ਕੋਈ ਮਸਲਾ ਨਹੀਂ? ਕੋਈ ਟੈਨਸ਼ਨ ਨਹੀਂ ਜੀ ਜੀ। ਦੁੱਧ ਦੀ ਪੈਦਾਵਾਰ ਕਿਵੇਂ ਦੇ ਰਹੀਆਂ ਨੇ? ਅੱਛੀ ਦੇ ਰਹੀਆਂ। ਤੁਸੀਂ ਖਾਰੀਆਂ 'ਚ ਕਿਹੜੇ ਬੰਦੇ ਕੋਲ ਬੱਕਰੀਆਂ ਲੈ ਕੇ ਆਏ ਹੋ? ਖਾਰੀਆਂ 'ਚ ਬੱਕਰੀਆਂ, ਇੱਕ ਮੇਰਾ ਚਾਚੂ ਹੈ ਫਿਆਜ਼ ਡਾਂਸ ਜੀ, ਉਹ ਆਉਂਦਾ ਹੈ ਹੁਣ, ਉਸ ਕੋਲ ਕੋਈ ਨਹੀਂ, ਉਸ ਨਸਲ 'ਚ ਬੱਕਰੀਆਂ ਟੋ ਰਹੀਆਂ। ਖਾਰੀਆਂ 'ਚ ਕਿਹੜਾ ਪਿੰਡ ਹੈ ਚਾਚੂ ਫਿਆਜ਼ ਦਾ? ਇੱਥੇ ਚਕਵਾਲ ਹੀ ਹੈ ਪਿੰਡ ਜੀ। ਉਸ ਆਉਣੀਆਂ ਹੀ ਬੱਕਰੀਆਂ ਖਾਰੀ ਚੌਧਰੀ ਮਮਨ ਖਾਨ ਮਰੂਮ, ਉਸ ਕੋਲੋਂ। ਠੀਕ ਹੈ, ਉਸ ਨਸਲ 'ਚ ਬੱਕਰੀਆਂ ਆਉਂਦੀਆਂ। ਜ਼ਿੰਦਾਬਾਦ ਯਾਨ ਕਿ ਬਹੁਤ ਪੁਰਾਣਾ ਬੀਜ ਤੁਹਾਡੇ ਕੋਲ? ਪੁਰਾਣਾ ਅੱਜ ਤੋਂ ਵੀ 25-30 ਸਾਲ ਪੁਰਾਣਾ? 25-30 ਸਾਲ ਪਹਿਲਾਂ ਦਾ ਜੀ ਜੀ। 25-30 ਸਾਲ ਪਹਿਲਾਂ? ਤੇ ਤੁਹਾਡੇ ਕੋਲ ਇਸ ਟਾਈਮ ਮੌਜੂਦਾ ਜਾਨਵਰ ਕਿੰਨੇ ਨੇ? ਨਿੱਕੇ ਵੱਡੇ 22 ਪਾਰੂ ਆਉਣੇ ਨੇ। 22 ਪਾਰੂ ਤੁਹਾਡੇ ਕੋਲ ਆਏ ਨੇ ਜੀ। ਆਪਣੀ ਸਲਾਨਾ ਜਿਹੜੀ ਤੁਹਾਡੀ ਆਮਦਨ ਕਿੰਨੀ ਕੁ ਹੋ ਜਾਂਦੀ ਇਹਨਾਂ 'ਚੋਂ? ਤਕਰੀਬਨ ਬਹੁ ਹੋ ਜਾਂਦੀ ਹੈ। ਬਹੁ ਹੋ ਜਾਂਦੀ ਹੈ ਜੀ। ਅਮੂਮਨ ਦੋਸਤ, ਅੱਲਾ ਦਾ ਸ਼ੁਕਰ ਹੈ ਜੀ, ਅਮੂਮਨ ਦੋਸਤ ਜਿਹੜੇ ਬੱਕਰੀਆਂ ਰੱਖਦੇ ਨੇ ਉਹ ਦੂਸਰੇ ਬੰਦੇ ਨੂੰ ਕਹਿੰਦੇ ਨੇ ਕਿ ਬਹੁਤ ਗਰੀਬ ਹੁੰਦੇ ਨੇ? ਨਾ ਨਾ ਜੀ, ਬੱਕਰੀਆਂ ਵਾਲੇ ਬਾਈ ਬਹੁਤ ਅਮੀਰ ਹੁੰਦੇ ਜੀ। ਕਿਸੇ ਟਾਈਮ ਉਹਨਾਂ ਜੇਬ 'ਚ ਪੈਸਾ ਮੁੱਕਦਾ ਨਹੀਂ ਜੀ, ਇਹ ਗੱਲ ਹੈ। ਠੀਕ ਹੈ, ਕਿਸ ਤਰ੍ਹਾਂ ਪੈਸਾ ਨਹੀਂ ਮੁੱਕਦਾ? ਕੀ ਕਰਦੇ ਹੋ? ਨਹੀਂ ਮੁੱਕਦਾ, ਕੋਈ ਨਾ ਕੋਈ ਸ਼ਾਇ ਵੇਖ ਗਈ, ਜੇਬ ਭਰੀ ਜਾਂਦੀ ਹੈ ਜੀ, ਖਾਲੀ ਨਹੀਂ ਜੇਬ ਰਹਿੰਦੀ। ਠੀਕ ਹੈ, ਗਰੀਬ ਨਹੀਂ ਕਦੀ ਵੀ ਬੰਦਾ ਹੁੰਦਾ, ਦਿਲ ਨਾਲ ਗਰੀਬ ਹੋ ਬੰਦਾ ਨਹੀਂ ਗਰੀਬ, ਬੰਦਾ ਨਹੀਂ ਗਰੀਬ ਹੁੰਦਾ। ਜ਼ਿੰਦਾਬਾਦ ਮਾਸ਼ਾਅੱਲਾ। ਤੇ ਪਿਆਰੇ ਭਾਈ, ਦੁੱਧ ਦਾ ਕੰਮ ਕਰਦੇ ਹੋ? ਦੁੱਧ ਵਾਲਾ ਬਾਈ, ਜੇ ਮੌਸਮ ਬੱਚੇ ਹਟ ਜਾਂਦੇ ਦੁੱਧ ਵੇਚਦੇ ਹਾਂ। ਕਿੰਨਾ ਦੁੱਧ ਸੇਲ ਕਰਦੇ ਹੋ ਬੱਕਰੀਆਂ ਦਾ? ਬੱਕਰੀਆਂ ਤਕਰੀਬਨ 10-12-14 10-12-14 ਸੇਰ ਟਾਈਮ ਦਾ ਜੀ। ਇਹ ਸਾਰੀਆਂ ਬੱਕਰੀਆਂ ਦਿੰਦੀਆਂ ਦੁੱਧ ਤੁਹਾਡਾ? ਸਾਰੀਆਂ ਦੇਣੀਆਂ, ਜਿੰਨਾ ਥਲ ਫਲ ਲਾਟਵੇ ਨੇ ਸਾਰੀਆਂ ਦੇਣੀਆਂ। ਇੱਕ ਬੱਕਰੀ ਕਿੰਨਾ ਦੁੱਧ ਦਿੰਦੀ ਹੈ? ਬਾਈ, ਵੱਖਰਾ ਨਹੀਂ ਚੋਇਆ ਤਾਂ ਉਂਝ ਤਕਰੀਬਨ ਦੁੱਧ ਅੱਛਾ ਨੇ। ਬੱਕਰੀਆਂ ਕੋਈ ਗਰਮੀ ਸਰਦੀ ਦਾ ਮਸਲਾ ਨਹੀਂ ਬਣਦਾ ਜੀ, 12 ਮਹੀਨੇ ਠੀਕ ਰਹਿਣੀਆਂ ਜੀ, ਕੋਈ ਨਾ ਠਾੜ ਦੀ ਪਰੇਸ਼ਾਨੀ ਨਾ ਗਰਮੀ ਦੀ ਪਰੇਸ਼ਾਨੀ ਜੀ, ਬਿਲਕੁਲ ਫਿਟ ਰਹਿਣੀਆਂ। ਤੇ ਜਿਹੜਾ ਮਤਲਬ ਦੂਸਰੀਆਂ ਬੱਕਰੀਆਂ ਨੇ, ਚਿੱਟੀਆਂ ਹੋ ਗਈਆਂ, ਕਾਲੀਆਂ ਹੋ ਗਈਆਂ, ਉਹ ਰਾਜਨਪੁਰੀਆਂ ਕਾਲੀਆਂ, ਉਹ ਇਸ ਇਲਾਕੇ ਕਮਯਾਬ ਹੀ ਨਹੀਂ, ਉਹ ਗਰਮੀ ਸਰਦੀ ਬਰਦਾਸ਼ਤ ਨਹੀਂ ਕਰਦੀਆਂ, ਨਾ ਇਦਵਾਰ ਚੌਗਾ। ਇੱਦਾਂ ਇਹਨਾਂ ਬੀਤਲਾਂ ਬੱਕਰੀਆਂ ਨੂੰ ਭੁੱਖ ਵੀ ਆ ਜਾਏ ਨਾ ਜੀ, ਇਸ ਮੌਤ ਭੁੱਖ ਨਾਲ ਮਰਦੀਆਂ ਨੇ। ਠੀਕ ਹੈ, ਫਿੱਟੀਆਂ ਇਹ ਜਿਤਨੀ
ਮੌਸਮ ਖੁਸ਼ਕ ਰਾਖੀਆਂ ਖੁਸ਼ ਰਹਿਣੀਆਂ ਜੀ, ਖੁਸ਼ਕ ਮੌਸਮ। ਤੁਸੀਂ ਜਿਹੜੇ ਚਕਵਾਲ ਦੇ ਬੰਦੇ ਨੇ, ਤੁਹਾਡੇ ਦੂਜਿਆਂ ਜ਼ਿਲ੍ਹਿਆਂ 'ਚ ਜਾਂਦੇ ਨੇ ਬੱਕਰੀਆਂ ਲੈਣ ਵਾਸਤੇ, ਖਾਸ ਕਰਕੇ ਚਿੱਟੀਆਂ ਬੱਕਰੀਆਂ ਹੋ ਗਈਆਂ, ਕਾਲੀਆਂ ਹੋ ਗਈਆਂ, ਉਹ ਬਾਈ ਨਾ ਸਮਝ ਬੰਦੇ ਹੁੰਦੇ ਜਿਹੜੇ ਲੈਣ ਜਾਂਦੇ ਨੇ, ਨਾ ਸਮਝ ਬੰਦੇ ਨੇ, ਨਾ ਸਮਝ ਬੰਦੇ ਜੀ। ਚਿੱਟੀਆਂ ਡੱਬੀਆਂ ਉਹ ਬੱਕਰੀਆਂ ਇੱਥੇ ਕਾਮਯਾਬ ਹੀ ਨਹੀਂ ਜੀ, ਲੋਕਾਂ ਦੀਆਂ ਫਾਰਮ ਬਣਾਏ ਨੇ, ਕੋਈ ਕਾਮਯਾਬ ਨਹੀਂ ਹੋਇਆ। ਚਕਵਾਲ ਦਿਆਂ ਬੰਦਿਆਂ ਨੂੰ ਤੁਸੀਂ ਅਗਰ ਰਹਿਨਮਾਈ ਦੇਣਾ ਚਾਹੋ ਤਾਂ ਦਿਓ ਦੇ ਦਿਆਂਗੇ। ਅਗਰ ਕੋਈ ਬੰਦਾ ਆਉਂਦਾ ਕਿ ਸਾਨੂੰ ਦੱਸੋ ਬੱਕਰੀਆਂ ਕਿਸ ਤਰ੍ਹਾਂ ਰੱਖੀ ਦੀਆਂ ਨੇ, ਕੀ ਤਰੀਕਾਕਾਰ, ਤੂੰ ਦੱਸੋ ਦੇ ਉਹਨਾਂ ਨੂੰ, ਦੱਸਾਂਗੇ ਜੀ, ਸਮਝਾਓਗੇ, ਸਮਝਾਏਂਗੇ ਬਿਲਕੁਲ, ਬੇਲੋ ਸਮਝਾਓ ਦੇ, ਬੇਲੋ ਨਾ ਕਿ ਆਖੋ ਜਾਓ ਜੀ ਪਹਿਲੇ ਸਾਡੇ ਉਹ ਸ਼ਕੀ ਨਾ ਇਹ ਜਮਾ ਸਲਈ ਗਾ ਜੀ, ਕੋਈ ਮਸਲਾ ਹੀ ਆ ਜਾਣੀ। ਆਮ ਫੈਮ ਬੰਦੇ ਨੇ ਬੱਕਰੀਆਂ ਰੱਖਣੀਆਂ ਹੁੰਦੀਆਂ, ਕਿੰਨੀਆਂ ਬੱਕਰੀਆਂ ਤੋਂ ਬੰਦਾ ਕੰਮ ਸ਼ੁਰੂ ਕਰੇ? ਆਮ ਫੈਮ ਬੰਦਾ ਬੱਕਰੀਆਂ ਰੱਖਣੀਆਂ 8 to 10 ਪਹਿਲੇ ਸ਼ੁਰੂ ਕਰੇ ਜੀ, ਬਹੁ ਲੰਮਾ ਵਾਗਲਾ ਨਾ ਪਾ ਦੇ, ਕਿਉਂ ਉਹ ਸੰਭਾਲਣ ਉਹ ਗਾਬੁਰ ਵੈਸੀ ਨਸ ਵੈਸੀ, ਠੀਕ ਹੈ ਜੀ, ਨੁਕਸਾਨ ਕਰੀ ਸੀ 8-10 ਬੱਕਰੀਆਂ ਸ਼ੁਰੂ ਕਰ ਲਏ, ਸ਼ੁਰੂ ਕਰ ਲਏ, ਜੇ ਤੱਕ ਮੈਂ ਇਹਨਾਂ ਨੂੰ ਫੇਰ ਗਏ ਸਨ ਵੱਧ ਵਧਾਏ ਜੀ, ਜੇ ਨਾ ਸਮਝਾ ਉਹਨਾਂ ਨਹੀਂ ਸਮਝ ਲੈਣੀਆਂ ਤਾਂ ਵੱਧ ਤੋਂ ਘਾਟਾ ਜਾਇਜ਼ ਪਾਉਸੀ, ਨਾਜਾਇਜ਼ ਨਾ ਪਾਉਸੀ, ਠੀਕ ਹੈ। 8-10 ਬੱਕਰੀਆਂ ਤੂੰ ਘਰ ਦਾ ਰੋਜ਼ਗਾਰ ਸਾਰੇ ਨਾਲ ਚੱਲ ਜਾਂਦਾ, ਚੱਲਣਾ ਚਾਹੀਦਾ, ਠੀਕ ਹੈ। ਕਾਮਰਾਨ ਸਾਹਿਬ, ਅੱਜ ਕੱਲ ਬੱਕਰੀਆਂ ਨੂੰ ਕਿਹੜੀ ਬਿਮਾਰੀ ਲੱਗਦੀ ਹੈ? ਅੱਜ ਕੱਲ੍ਹ ਬਾਈ ਬਿਮਾਰੀ ਬੱਕਰੀਆਂ ਇਹ ਪਾਉਂਦੀ ਹੈ ਬਾਈ, ਗਰਮੀ ਦੀ ਵਜ੍ਹਾ ਕੋਈ ਰਾਤ ਵਗਾਵਣੇ ਉਹ ਜਿਹੀ ਬਿਮਾਰੀ, ਯਾਨੀ ਕਿ ਬੱਚੇ ਜ਼ਾਇਆ ਕਰ ਛੱਡਦੀ, ਜਿਹੜੀ ਬੱਚਾ ਜ਼ਾਇਆ ਕਰ ਛੱਡਦੀ, ਉਹਦਾ ਕੀ ਤਰੀਕਾਕਾਰ ਹੈ ਬੱਚੇ ਡੱਕਣ ਦਾ? ਇਸ ਬਾਰੇ ਕੋਈ ਮਸਲਾ ਸਾਡੀ ਸਮਝਾ ਚਾਲਾਂ ਤੱਕ ਨਹੀਂ, ਤੁਹਾਨੂੰ 30 ਸਾਲ ਹੋ ਗਏ ਨੇ ਤੇ ਬਿਲਕੁਲ ਇਹਦਾ ਇਲਾਜ ਨਹੀਂ ਆਉਂਦਾ, 20 ਸਾਲ ਹੋ ਗਏ ਨਹੀਂ ਸਮਝਿਆ ਚ ਮਸਲਾ ਆਇਆ, ਜਿਸ ਵਗਾਉਣਾ ਵਗਾਉਣ ਲੱਗ ਪਈ ਉਹ ਨਹੀਂ ਡਕੀਂਦੀ, ਕਿਸ ਆਖ ਨਹੀਂ ਡਕੀਂਦੀ, ਨਹੀਂ ਡਕੀਂਦੀ, ਠੀਕ ਹੈ ਜੀ। ਤੇ ਜਿਨ੍ਹਾਂ ਜਾਨਵਰਾਂ ਦੇ ਅੱਜ ਕੱਲ ਖੁਰ ਪਾਟ ਜਾਂਦੇ ਨੇ, ਖਰਾਬ ਹੋ ਜਾਂਦੇ ਨੇ, ਉਹਨਾਂ ਦਾ ਕੀ ਇਲਾਜ ਕਰਦੇ? ਸਾਡੇ ਕੋਲ ਖੁਰ ਨਹੀਂ ਖਰਾਬ, ਹਾਂ ਮੂੰਹ ਖੁਰ ਜਿਸ ਮੌਸਮ ਚ ਆਉਂਦਾ ਉਹ ਵੱਧ ਕੋਈ ਗੋਲੀ ਟੀਕਾ ਕਰਨਾ ਪੈਂਦਾ, ਗੋਲੀ ਟੀਕਾ ਕਰਨਾ ਪੈਂਦਾ ਜੀ ਜੀ ਜੀ। ਜਿਨ੍ਹਾਂ ਜਾਨਵਰਾਂ ਨੂੰ 5ਵਾਂ ਮਹੀਨਾ ਲੱਗਿਆ ਹੁੰਦਾ, ਅਗਰ ਉਹ ਅਮਲ ਸੜ ਜੇ ਤਾਂ ਉਹ ਵੀ ਨਹੀਂ ਡਕਣ ਹੁੰਦਾ ਤੁਹਾਡੇ? ਨਹੀਂ ਡਕਣ ਹੁੰਦਾ। ਕਮਰਾਨ ਸਾਹਿਬ, ਤੁਹਾਡੇ ਕੋਲ ਕੋਈ ਅੱਛੀਆਂ ਬੱਕਰੀਆਂ ਨੇ ਕੋਈ ਨਾਜ਼ਰੀ ਨੂੰ ਸ਼ੋਅ ਕਰਾਉਣ ਵਾਸਤੇ? ਜੀ ਐਨ ਭਾਈ, ਕੋਈ ਵਿਖਾ ਸਕਦੇ ਹੋ ਬੱਕਰੀ? ਲੈ ਕੇ ਉਹ ਬੱਕਰੀ ਲੈ ਜਨਾਬ, ਬੱਕਰੀ ਆ ਗਈ ਕਮਰਾਨ ਸਾਹਿਬ ਦੀ। ਕਮਰਾਨ ਬਾਈ, ਇਹਦਾ ਕੀ ਕਸਬ ਨਸਬ ਜੀ? ਮਾਸ਼ਾਅੱਲਾ ਬਾਈ, ਇਹ ਕੱਕਾ ਸ਼ੇਰਾ ਬਹੁਤ ਸਾਰਾ ਆ ਗਿਆ ਜੀ ਜੀ। ਇਸ ਦੀ ਨਾ ਨਹੀਂ ਪੜਨਾ ਨਹੀਂ ਦੇੜੀ, 6 ਕਿਲੋ ਉਸ ਦੁੱਧ ਦਿੱਤਾ ਆ, 6 ਕਿਲੋ ਦੁੱਧ ਦੇਣ ਵਾਲੀ ਧੀ ਹੈ ਜੀ, ਠੀਕ ਹੈ। ਤੇ ਇਹਦੇ ਕੋਲ ਦੁੱਧ ਦਾ ਕਿੰਨਾ ਰਿਕਾਰਡ ਹੈ? ਇਸ ਕੋਲ ਵੀ 4-4.5 ਸੇ ਰੋਣਾ, 4 ਕਿਲੋ ਤੱਕ ਇਸ ਤੇ ਅੱਛੇ ਹੁੰਦੇ ਨੇ ਜੀ, ਸੋਹਣੇ ਹੁੰਦੇ। ਕਿੰਨੇ ਸੂਬੇ ਸੂਈ ਹੈ ਹੁਣ? ਤੀਜਾ ਸੂਬਾ ਸੋਣਾ ਸਰ, ਤੀਜਾ ਸੂਬੇ ਸੋਣਾ ਸੀ ਪੱਠੇ ਨਾ ਫਿਰ ਮਾਸ਼ਾਅੱਲਾ ਜੀ, ਦੂਜਾ ਪੱਲਾ ਅਦਾ ਕਰੋ, ਦੂਜੀ ਸਾਈਡ ਫਹਾਓ, ਮਾਸ਼ਾਅੱਲਾ। ਅਗਰ ਕੋਈ ਬੰਦਾ ਆਖੇ ਬਾਈ ਸਾਨੂੰ ਇਹ ਬੱਕਰੀ ਦੇ ਛੋੜੋ, ਦੇ ਛੋੜੋ ਦੇ ਜੀ, ਦੇ ਛੋੜੋ ਜੀ। ਬੱਕਰੀ ਨੰਬਰ ਕੋਈ ਹੋਰ ਵੀ ਆ ਜਾ ਵਿਖਾਣੇ ਵਾਲੀ ਸ਼ੋਕ ਵਾਲੀ ਹੈ? ਬੱਕਰੀ ਹੈ। ਲੈ ਜੀ, ਬੱਕਰੀ ਨੰਬਰ 2 ਆ ਗਈ ਹੈ ਪਿਆਰੇ ਬਾਈ, ਇਹਦਾ ਕੀ ਰੰਗ ਟੰਗ ਪਿਆਰੇ ਬਾਈ? ਬਾਈ ਇਸਦਾ ਤੇਲਾ ਸ਼ੇਰਾ ਬੱਲਾ ਰੰਗ ਹੈ। ਲੋ ਜੀ, ਤੇਲਾ ਸ਼ੇਰਾ ਬੱਲਾ ਰੰਗ ਹੈ ਮਾਸ਼ਾਅੱਲਾ ਬੱਕਰੀ ਦਾ, ਤੇ ਪਿਓਰ ਖਾਰੀਆਂ ਬੀਤਲ ਵਿੱਚ, ਖਾਰੀਆਂ ਨਾ ਜੀ ਜੀ, ਖਾਰੀਆਂ ਪਿਓਰ ਬੀਤਲ, ਪਿਓਰ ਬੀਤਲ ਜਨਾਬ, ਖਾਰੀਆਂ ਦੀ ਮਾਸ਼ਾਅੱਲਾ। ਖਰੀਆਂ ਵਾਲਿਆਂ ਦਾ ਨਾਂ ਇਸ ਵਾਸਤੇ ਵੀ ਲੈਣਾ ਬਣਦਾ ਜੀ, ਉਹਨਾਂ ਮਿਹਨਤ ਕੀਤੀ ਹੈ ਔਰ ਉੱਥੇ ਬੱਕਰੀਆਂ ਦੇ ਆਸ਼ਕ ਮੌਜੂਦ ਨੇ। ਆਸ਼ਕ ਬਹੁਤ ਡੇਰ ਆਸ਼ਕ ਜੀ, ਡੇਰ ਆਸ਼ਕ ਜੀ। ਦੂਜੀ ਸਾਈਡ ਕਰੋ ਜੀ ਖਰੀਆਂ ਬੀਤਲ ਦੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ 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 ਜੀ। ਕਮਰਾਨ ਸਾਹਿਬ, ਇਸ ਬੱਕਰੀ ਦਾ ਕੋਈ ਸਬ ਨਸਬ ਬਿਆਨ ਕਰੋ ਬਾਈ। ਅੱਛੀ ਨਸਲ ਹੈ, 5 ਸੇਰ ਦੁੱਧ ਨਾਟੇ ਦੇਣ ਵਾਲੀ ਬੱਕਰੀ ਇਹ ਬੱਕਰੀ ਇਹ ਬੱਕਰੀ ਲੋ ਜੀ, ਇਹ ਬੱਕਰੀ ਉਹ ਜਿਹੜੀ 5 ਕਿਲੋ ਦੁੱਧ ਦਿੰਦੀ ਹੈ, ਦੋ ਟਾਈਮਾਂ ਦਾ? ਦੋਵਾਂ ਟਾਈਮਾਂ ਦਾ, ਉਹ 2.5 ਕਿਲੋ ਹੋ ਗਿਆ ਗਰੰਟੀ ਨਾਲ ਦੁੱਧ ਹੈ, ਗਰੰਟੀ ਨਾਲ ਜੀ। ਕਿੰਨੇਵੇਂ ਸੂਬੇ ਸੂਈ ਜੇ? ਇਹ ਚੌਥੇ ਸੂਬੇ ਚੌਥੇ ਸੂਬੇ ਸੂਣਾ, ਤੇ ਕਿੰਨੇ ਸੂਇਆਂ ਤੁਹਾਡੇ ਦੁੱਧ 5 ਕਿਲੋ ਦਿੰਦੀ ਰਹੇ ਦੀ? ਇਹ 2 ਸੂਬੇ ਹੋਰ ਦੁੱਧ ਦਿੱਤਾ ਦੇ ਜਾ, ਠੀਕ ਹੈ। ਉਸ ਤੋਂ ਪਹਿਲਾਂ 34 ਵਾਤ ਉਮਰ ਹੁਣ ਗੱਬਣੇ ਬੱਕਰੀ ਗੱਬਣੇ ਕਿੰਨੇ ਚਿਰ ਦੀ? 3 ਮਹੀਨੇ ਦੀ, 3 ਮਹੀਨੇ ਦੀ ਗੱਬਣੇ ਜੀ।
ਤੇ ਅਗਰ ਵੇਚਣੀ ਚਾਹੋ ਤੇ ਵੇਚ ਛੱਡੋ ਜੀ। ਮਾਸ਼ਾਅੱਲਾ ਜਨਾਬ ਬੱਕਰੀ ਨੰਬਰ ਜਨਾਬ 3 ਆ ਗਈ। ਮਾਸ਼ਾਅੱਲਾ ਨਜ਼ਰੀਨ ਵੇਖੋ ਪਿਆਰੇ ਬਾਈ, ਕੀ ਨਾਂ ਇਹਦਾ, ਰੰਗ ਟੰਗ ਕੀ ਜੇ? ਇਹ ਤੇਲਾ ਸ਼ੇਰਾ ਬੱਲਾ ਰੰਗ, ਇਹ ਵੀ ਤੇਲਾ ਸ਼ੇਰਾ ਬੱਲਾ। ਚਲੋ ਜੀ ਬੱਕਰੀ ਵੇਖੋ, ਤੇਲੀ ਸ਼ੇਰੀ ਬੱਲੀ ਹੈ ਤੇ ਸਿੰਘਾਂ ਤੋਂ ਨਾਰੀ। ਮਾਸ਼ਾਅੱਲਾ ਜੀ, ਗੌਰ ਫਿਕਰ ਨਾਲ ਵੇਖ ਲਓ ਮਾਸ਼ਾਅੱਲਾ। ਤੇ ਪਿਆਰੇ ਬਾਈ ਦੀ ਸਾਈਡ ਬਦਲੀ ਕਰੋ ਪਹਿਲੋਂ ਪੱਠ। ਮਾਸ਼ਾਅੱਲਾ ਜਨਾਬ ਆ ਪੱਠ ਵੇਖੋ ਜੀ ਪਹਿਲਾਂ। ਅੱਛਾ ਸੋਹਣਾ ਸੁੱਕ ਸੂ ਪਈ ਪਹਿਲਾਂ ਸੋਹਣਾ। ਅੱਛਾ ਸੋਹਣਾ ਸੂ ਜੀ ਸੋਹਣਾ। ਕਿੰਨਵੇਂ ਮਹੀਨੇ ਦੀ ਗੱਬਣ ਜੀ? ਇਹ 4 ਮਹੀਨਿਆਂ ਦੀ ਗੱਬਣ। ਲਾਏ ਪਈ ਹੈ? ਲਾ ਪਈ ਹੈ। ਠੀਕ ਹੈ, ਇਹਦਾ ਅਸੀਂ ਥਾਣਾ ਨਾ ਵਿਖਾ ਸਕਦੇ ਆਪਣੇ ਸ਼ੌਕੀਨ ਸਰ? ਵਿਖਾ ਸਕਦੇ, ਕੋਈ ਮਸਲਾ ਨਹੀਂ। ਲੈ ਜੀ ਮਾਸ਼ਾਅੱਲਾ ਥਾਣਾ ਨਸਰੀਨ ਸੋਹਣੇ ਬਣਾਉਂਦੀ ਪਈ ਜੀ। ਇਹ ਵੇਖੋ ਤੁਸੀਂ ਮਾਸ਼ਾਅੱਲਾ, ਮਾਸ਼ਾਅੱਲਾ ਜੀ ਕਿਆ ਬਾਤ ਹੋ ਗਈ ਹੈ। ਪਿਆਰੇ ਬਾਈ ਇਹ ਬੱਕਰੀ ਵੇਚ ਛੱਡੋ ਤੇ ਵੇਚ ਛੱਡਾਂਗੇ। ਲਓ ਜੀ ਪਹਿਲੇ ਸੂਏ ਮਾਸ਼ਾਅੱਲਾ ਪਾਠੇ ਮਾਸ਼ਾਅੱਲਾ। ਪਿਆਰੇ ਬਾਈ ਅਗਰ ਚੁੱਕ ਬੰਦਾ ਇਹਦਾ ਰੇਟ ਜਨਾਬ ਮੁਹੰਮਦ ਕਾਮਰਾਨ ਦੱਸੋ, ਕਾਮਰਾਨ ਸਾਹਿਬ ਮੈਨੂੰ ਇਹ ਗੱਲ ਦੱਸੋ ਕਿ ਅਗਰ ਬੱਕਰੀਆਂ ਅੱਛੀ ਕੁਆਲਿਟੀ ਦੀਆਂ ਤਿਆਰ ਕਰਨੀਆਂ ਹੋਣ ਤੇ ਲੇਲੀਆਂ ਨੂੰ ਕਿਸ ਤਰੀਕੇ ਨਾਲ ਕ੍ਰਾਸ ਕਰਾਉਣਾ ਚਾਹੀਦਾ? ਬਾਈ ਜਿਲੇ ਤੱਕ ਲੇਲੀਆਂ ਦੁਨੀਆਂ ਚੌਗੀਆਂ ਨੂੰ ਹੋਰ ਉਹਨੂੰ ਲੈ ਤੱਕ ਕ੍ਰਾਸ ਨਹੀਂ ਕਰਾਉਣੀਆਂ ਚਾਹੀਦੀਆਂ ਜੀ। ਲਵੀਆਂ ਕ੍ਰਾਸ ਕਦ ਨਾ ਕਰੇ ਸੋ ਜੀ, ਲੱਤਾਂ ਡਿੰਗੀਆਂ ਕਰਵਾ, ਲੱਤਾਂ ਡਿੰਗੀਆਂ ਹੋ ਜਾਣ ਦੀਆਂ। ਵੱਡੀਆਂ ਬੱਕਰੀਆਂ ਤਾਂ ਹੀ ਬਣ ਸੋ ਨਾ, ਜੋ ਬੱਕਰੀਆਂ ਤਾਂ ਕਹਿੰਦੇ ਹੋ ਪਏ ਦੁਨੀਆਂ ਹੋਰ ਆਸਨ ਕਰਾਸ ਹੋਸਨ ਤਾਂ ਚੱਸ ਬਣਾ ਤੋਂ ਆਪਣੀ ਪੂਰੀ ਉਮਰ ਜੀ ਜਿਹੜੇ ਬੰਦੇ ਕਹਿੰਦੇ ਨੇ ਕਿ ਲੇਲੀ ਬੱਕਰੀ ਅਗਰ 6 ਦੰਦ ਹੋ ਗਈ ਤੇ ਬੁੱਢੀ ਹੋ ਗਈ ਹੈ। ਨਾ ਨਾ ਭਾਈ, ਉਹ ਜਵਾਨ ਵੀ ਨਹੀਂ ਹਾਲਾ ਛਿੱਗੀ ਦੱਸੋ ਇਧਰ ਕੰਨੀ ਬਰਾਬਰ ਕਰੀ ਸੀ ਬੱਕਰੀ ਬਹੁਤ ਬੱਕਰੀ ਆ ਜਵਾਨ ਹੋ ਜੀ ਦੁੰਦੀ ਚੌਗੀ ਛਿੱਗੀ ਇਹ ਪਾਟ ਬੱਕਰੀ ਹੁੰਦੀ ਹੈ, ਉਹ ਪਠੋੜੀ ਹੁੰਦੀ ਹੈ ਯਸੂਗਾ ਸੂਣਾ ਪਠੋੜੀ ਜਵਾਨ ਨੂੰ ਲਾਉਣਾ ਦਿਲ ਉਸ ਕੰਨੀ ਬਰਾਬਰ ਕਰ ਜੀ ਕੁਝ ਕੋ ਬਾਅਦ ਬਾਅਦ ਪਿੱਛਾ ਹਟਣਾ ਜੀ। ਕਾਮਰਾਨ ਸਾਹਿਬ ਕੁਝ ਬੰਦੇ ਜੀ ਕੁਝ ਨਹੀਂ ਮੋਮਨ ਹੀ ਬੰਦੇ ਗੱਲ ਕਹਿੰਦੇ ਨੇ ਕਿ ਬੱਕਰੀ ਦੇ ਜਨਾਬ 2 ਦੰਦ ਹੋਣੀ ਚਾਹੀਦੀ ਏ, 4 ਦੰਦ ਹੋਣੀ ਚਾਹੀਦੀ ਏ, 6 ਦੰਦ ਬੱਕਰੀ ਹੋ ਗਈ ਏ ਤੇ ਬੱਕਰੀ ਬੁੱਢੀ ਹੋ ਗਈ ਏ। ਨਾ ਨਾ ਭਾਈ ਗੰਜਾ ਬਸ ਐਵੇਂ ਕਰ ਛੱਡਦੇ, ਕੋਈ ਬੁੱਢੀ ਨਹੀਂ। ਆਮ ਫੈਮ ਬੱਕਰੀ ਕਿੰਨੇ ਸੂਏ ਸੁਣਦੀ ਏ? ਆਮ ਫੈਮ ਬੱਕਰੀ ਤੇ 20 ਸੂਏ ਵੀ ਸੂ ਜਾਣਗੇ, ਖਾਸ ਤੌਰ ਉਸ ਤਵਾ ਦਾ ਚੰਗੀ ਹੋਵੇ ਉਸ ਦੀ। ਨਾਜ਼ਰੀਨ ਇਕਰਾਮ, ਤੁਸੀਂ ਮੁਮਨ ਸਵਾਲ ਕਰਦੇ ਹੋ ਕਿ ਬੱਕਰੀ ਪਹਿਲੇ ਸੂਏ ਹੋਣੀ ਚਾਹੀਦੀ ਏ, ਦੂਜੇ ਸੂਏ ਹੋਣੀ ਚਾਹੀਦੀ ਹੈ, ਅਗਰ ਤੁਹਾਨੂੰ ਆਖੀਏ ਚੌਥੇ ਸੂਏ ਬੱਕਰੀ ਸੂਈ ਹੈ ਤੁਸੀਂ ਆਂਦੇ ਜੀ ਬੁੱਢੀ ਬੱਕਰੀ ਹੈ ਸਾਂ? ਨਾ ਨਾ ਭਾਈ, ਕੋਈ ਬੁੱਢੀ ਨਹੀਂ ਹੋਣੀ। ਆ ਵੇਖ ਲਓ ਆਜੜੀਆਂ ਕੋਲੇ ਆਏ ਆ ਚਕਵਾਲ ਸ਼ਹਿਰ ਦੇ ਵਿੱਚ। ਮਾਸ਼ਾਅੱਲਾ ਜੱਦੀ ਪੁਸ਼ਤੀ ਆਜੜੀ ਨੇ, 20-25 ਸਾਲ ਦਾ ਤਜਰਬਾ ਐਸ ਜਾਵਲ ਸਾਹਿਬ ਨੇ, ਤੁਸੀਂ ਵੇਖਦੇ ਹੋ ਇਹਨਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ। ਬੱਕਰੀ ਖੱਲੀ ਵੀ ਹੈ ਭਾਈ, ਇਹ ਬੁੱਢੀ ਕੋਈ ਨਹੀਂ ਜੀ, ਇਹ ਲਵੀ ਪਾਠ ਹੈ ਜੀ। ਚੌਗੀ ਛਿੱਗੀ ਇਹ ਬੁੱਢੀ ਤਾਂ ਨਹੀਂ ਹੋ ਜਾਂਦੀ, ਨਹੀਂ ਚੌਥਾ ਸੂ ਬੁੱਢੀ ਤਾਂ ਨਹੀਂ ਹੁੰਦਾ, ਨਹੀਂ ਹੁੰਦੀ, ਕੋਈ ਬੁੱਢੀ ਨਹੀਂ ਹੁੰਦੀ। ਉਂਝੇ ਲੋਕ ਆਖ ਛੱਡਦੇ ਨੇ ਬੁੱਢੀ ਹੋ ਜਾਂਦੀ ਜੇ ਮੈਂ ਲਵੀ ਬੱਕਰੀ ਹੁੰਦੀ ਹੈ, ਚੌਗੀ ਛਿੱਗੀ ਲਵੀ ਬੱਕਰੀ ਹੁੰਦੀ ਹੈ, ਚੌਥਾ ਸੂ ਇਹ ਪੁਰਾਣੀ ਬੱਕਰੀ ਨਹੀਂ ਹੁੰਦੀ। ਬੁੱਢਾ ਮਾਲਕ ਹੁੰਦਾ, ਬੁੱਢਾ ਮਾਲਕ ਹੁੰਦਾ, ਮਾਲ ਨਹੀਂ ਬੁੱਢਾ ਹੁੰਦਾ, ਮਾਲ ਨਹੀਂ ਬੁੱਢਾ ਹੁੰਦਾ। ਅਗਰ ਤੁਸੀਂ ਤਾਬੇਦਾਰੀ ਕਰੋ ਤਾਂ ਜਾਨ ਤਾਬੇਦਾਰੀ ਖਿਦਮਤ ਕਰ ਸੋ, ਮਾਲ ਕਦੀ ਵੀ ਨਾ ਬੁੱਢਾ ਹੋ। ਬੱਕਰੀ ਨੂੰ ਜਵਾਨ ਰੱਖਣਾ ਹੋਵੇ ਤੇ ਕਿਹੜਾ ਵੰਡਾ ਪਾਉਣਾ ਚਾਹੀਦਾ? ਵੰਡਾ ਨਹੀਂ ਪਾਉਣਾ ਚਾਹੀਦਾ, ਇਹਨੂੰ ਗਿਓ ਗਿਓ ਦੁੱਧ ਤੇ ਮਿੱਠਾ ਤੇਲ ਸਰੋਂ ਦਾ ਤੇਲ ਕੌੜਾ ਹੀ ਦਿੱਤੀ ਰੱਖ, ਬੱਕਰੀ ਬੁੱਢੀ ਕਦੀ ਨਹੀਂ ਹੋਣੀ। ਦਾਣਾ ਜਾਣਾ ਪਾਇਆ, ਨੀਰਾ ਤੇਲ ਹੀ ਦੇਈ ਆਉਣਾ, ਦਾਣਾ ਵੀ ਪਾਈ ਆਓ, ਵੰਡਾ ਤਾਂ ਕੋਈ ਨਹੀਂ ਪਾਉਣਾ, ਦਾਣਾ ਤੇਲ ਛੇਲ ਦਿੱਤੀ ਉਹ ਬੱਕਰੀ ਜਾਂ ਬੁੱਢੀ ਉਸ। ਮਾਸ਼ਾਅੱਲਾ ਕਿੰਨਾ